ਪਰਸੋਂ ਤੁਸੀਂ ਪਤਾ ਬਾਦਸ਼ਾਹ 'ਚ ਸਾਡੀ ਡਿਲੀਵਰੀ ਰਾਹ 'ਚ ਹੋਈ ਹੈ। ਇੱਕ ਬੱਚਾ ਫੋਤ ਹੋਇਆ ਪੈਦਾ ਹੋਇਆ, ਜੋੜਵੇਂ ਬੱਚੇ ਪੈਦਾ ਹੋਏ ਦੋ ਜੀ, ਇੱਕ ਦਿਨ ਡੈਥ ਹੋਈ ਗਈ ਹੈ, ਨਾ ਅਸੀਂ ਪਿੱਛੇ ਜਾਈ ਸਕੇ, ਨਾ ਅਸੀਂ ਅੱਗੇ ਅਜਮੀਰਪੁਰ ਪਹੁੰਚ ਸਕੇ। ਹੋਏ ਹੋਏ, ਗੱਡੀ ਵਿੱਚ ਡਿਲੀਵਰੀ ਹੋਈ ਹੈ। ਇਹ ਜਿਹੜਾ ਸੰਗੀ ਖੱਡਾ ਨਜ਼ਰ ਆ ਰਿਹਾ ਹੈ, ਪੂਰੇ ਇੱਕ ਫੁੱਟ ਤੇ ਕੁਝ ਇੰਚ ਨਾ ਹੋਇਆ ਖੱਡਾ ਪਿਆ ਹੋਇਆ ਸੰਗੀ ਨਜ਼ਰ ਆ ਰਿਹਾ ਸੀ। ਇਤਨਾ ਬੜਾ ਖੱਡਾ ਤੁਸੀਂ ਖੱਡੇ ਹੌਲੇ ਹੌਲੇ ਤੱਕ ਅਸੀਂ, ਲੇਕਿਨ ਡੇਢ ਡੇਢ ਫੁੱਟ ਨਾਲ ਖੱਡਾ ਸੋਨਾ ਤੱਕਿਆ ਸੀ। ਬਿਲਕੁਲ, ਇਸ ਪਰ ਸਫ਼ਰ ਕਰਨਾ ਹੁਣ ਨਾਮੁਮਕਿਨ ਹੋ ਗਿਆ। ਸਾਡਾ ਬਿੰਦਲੀ ਮਾਈ ਟਰੱਕਾ ਇੱਧਰ ਸਾਰੀ ਹੈਗੀਆਂ, ਮਤਲਬ ਨਿਸ਼ਾਨਦੇਹੀ ਵੀ ਕੀਤੀਆਂ ਨੇ ਹਰੀਪੁਰ 11 ਕਿਲੋਮੀਟਰ, ਮਤਲਬ ਜਿੰਨੇ ਇੰਨੇ ਦੂਰ ਹੈ ਮੈਨੂੰ ਸਾਰੀਆਂ ਕੀਤੀਆਂ ਨੇ ਮਹਿਕਮਾ ਇਸ਼ਾਰਾਤ ਲਿਆ। ਯਹਾਂ ਪਰ ਇੱਕ ਬਹੁਤ ਬੜਾ ਹਾਦਸਾ ਹੋਇਆ ਹੈ, ਯਹਾਂ ਪਰ ਇੱਕ ਬੱਚਾ ਛੋਟਾ ਇੰਤਕਾਲ ਕਰ ਗਿਆ, ਮਾਂ ਕੇ ਪੇਟ ਕੇ ਅੰਦਰ ਹੀ ਥਾ। ਯਹਾਂ ਪਰ ਬਹੁਤ ਬੜਾ ਇੱਕ ਬਰਸਾਤੀ ਨਾਲਾ ਆਇਆ ਹੁਆ ਥਾ, ਪਾਣੀ ਇਤਨਾ ਤੇਜ਼ ਥਾ ਕਿ 3-4 ਘੰਟੇ ਇੰਤਜ਼ਾਰ ਕਰਤੇ ਰਹੇ, ਲੇਕਿਨ ਬਿਲਾਖਰ ਉਹ ਬੱਚਾ ਮਾਂ ਕੇ ਪੇਟ ਕੇ ਅੰਦਰ ਹੀ ਫੋਤ ਹੋ ਗਿਆ। ਅਸਾਂ ਇਹ ਜ਼ਰੂਰੀ ਫੰਡਿੰਗ ਜਿਹੜੀ ਹੈ ਨਾ ਕਰਨੇ ਆ, ਵੀ ਥੋੜ੍ਹੀ ਬਹੁਤੀ ਇਸਦੀ ਮੇਨਟੇਨੈਂਸ ਕਰਾਂ, ਜਿਹੜੀਆਂ ਕਾਂਗਾਂ ਵਗੈਰਾ ਰਸ਼ਨੀਆਂ ਰਹੀਆਂ ਨੇ, ਸੀਮਟ ਇੱਥੋਂ ਨਾਲੋ ਪੱਟੀ ਤੱਕ ਨਹੀਂ ਖੜਿਆ ਨੇ, ਸੜਕ ਇਹ ਥੋੜ੍ਹੀ ਜਿਹੀ ਰਹਿਣੀ ਹੈ, ਕੋਈ 3-4 ਫੁੱਟ ਸੜਕ ਰਹਿਣੀ ਹੈ। 15-20 ਦਿਨ ਕੰਪੈਨ ਕਰ ਸਾਂ, ਉਸ ਤੋਂ ਬਾਅਦ ਅਸਾਂ ਰੋਡ ਸ਼ੋਡ ਬੁਲਾ ਕਰ ਸਾਂ। ਅਸਾਂ ਹੁਣ ਆਹ ਹਾਲਤ ਹੀ ਅਸਾਂ ਆਪਣਾ ਮੁਤਾਲਬਾ ਬਣਾਉਣਾ, ਕਿਉਂਕਿ ਰੋਡ ਤੋਂ ਬਗੈਰ ਗੁਜ਼ਾਰਾ ਕੋਈ, 70% ਆਵਾਮ ਜਿਹੜੀ ਹੈ ਨਾ ਇਸ ਬਾਜ਼ਾਰ ਨੇ ਇਸ ਰੋਡ ਤੋਂ ਸਫ਼ਰ ਕਰਨਾ। ਬਿਲਕੁਲ, ਬੱਚੇ ਛੋਟੇ ਛੋਟੇ ਸਕੂਲ ਨਾਲ ਹੱਥ ਧੋ, ਜਿਹਨਾਂ ਨੇ ਪਿਆਦਲ ਜਿਹੜੀ ਵਾਹ ਮਸ਼ੀਨੀ, ਉਹਨਾਂ ਨੇ ਕੱਪੜੇ ਛੱਪੜੇ ਬੱਚੇ ਨੇ ਗੰਦੇ ਹੋ ਜਾਣਾ, ਰੋਡ ਦੀ ਹਾਲਤ ਕੁਝ ਨਾ, ਤੇ ਆਹ ਕੰਮ ਗਿਆ ਅਪੀਲ ਲੈ ਰਹੀ ਹੈ ਰੋਡ ਦੇ ਬਾਰੇ ਕੁਝ ਕੀਤਾ ਜਾਏ। ਸਮੇਂ ਚਲੋ ਫੰਡ ਜਾਣੇ ਨੇ ਕਿਤਨੇ ਕਰ ਸਕਾਂ, ਆਪਣੀ ਮਦਦ ਆਪਣੇ ਤਿਆਰ ਕਿਤਨੇ ਕਰੀ ਸਕਦੇ। ਜਿਹੜੀ ਸਭ ਤੋਂ ਪਹਿਲੇ ਸੋਲਿੰਗ ਹੋਈ ਸੀ ਨਾ, ਸਭ ਤੋਂ ਪਹਿਲਾਂ ਉਹ ਵੀ ਬੰਦਿਆ ਹੋਈ ਹੈ, ਉਸਨੇ ਉੱਪਰ ਜਿਲ੍ਹਾ ਮੁੜਦਾ ਬੱਜਰ ਪਿਆ, ਫਿਰ ਉੱਪਰ ਲੁੱਕ ਪਈ ਹੈ ਉਹ ਵੀ, ਫਿਰ ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਵਾਲੇਕੁਮ ਰਹਿਮਤੁਲ੍ਲਾਹ ਮੌਜ਼ਿਸ ਵਿਵਰਸ, ਤਕਨੇ ਉਪੇ ਆਪਣਾ ਫੈਮਿਲੀ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਹਮਾਦ ਵਾਜਾ ਦੁਰਮਿਆਂ ਮੁਹੰਮਦ ਅਮਾਦ। ਇੱਕ ਵਾਰ ਫਿਰ ਇੱਕ ਨਵੀਂ ਜੀ ਵੀਡੀਓ ਨਾਲ ਸਾਰੇ ਆਪਣੇ ਚੈਨਲ ਪਰ ਖੁਸ਼ ਆਮਦੀਦ। ਥੰਬਨੇਲ ਟਾਈਟਲ ਤੱਕ ਹੀ ਦੱਸਾਂਗੇ ਪਤਾ ਚੱਲੇਗੀ ਅਸੀਂ ਕਿ ਅੱਜ ਦੀ ਵੀਡੀਓ ਕਿਸ ਰਿਲੇਟਿਡ ਹੈ। ਜੀ ਬਿਲਕੁਲ, ਮੌਜੂਦ ਹਾਂ ਇਸ ਟਾਈਮ ਪੁਣੇ ਬਾਜ਼ਾਰ ਤੋਂ ਥੋੜ੍ਹੇ ਜਿਹੇ ਪਿੱਛੇ ਮਹਿਲਾਂ, ਇੱਥੇ ਦੱਸਾਂਗੀ ਮੈਂ ਸੂਰਤ ਹਾਲ ਦੱਸਣਾ ਥੋੜ੍ਹੀ ਜਿਹੀ ਨਾਲੀਆਂ ਨੇ ਬਾਰੇ 'ਚ, ਔਰ ਜਿਹੜਾ ਅੱਟ ਵਗੈਰਾ ਚੜ੍ਹਿਆ ਨੇ ਇਹ ਸਾਹਮਣੇ ਸੰਗੀ ਨਜ਼ਰ ਆ ਰਿਹਾ ਸੀ, ਅੱਟ ਜਿਹੜਾ ਪਾਰੇ ਕੋਲ ਚੜ੍ਹਿਆ ਸੀ ਉਹ ਮੁਕੰਮਲ ਤੋੜ ਪੜਨ ਇਧਰ ਵਾਲੀ ਸਾਈਡ ਹੋਈ ਜਾਵੇ, ਠੀਕ ਹੈ, ਫਟੀ ਗਿਆ ਨਾਲੂ ਜਾਵਾ ਇਹ ਚੈੱਕ ਕਰੋ, ਠੀਕ ਹੈ, ਮੁਕੰਮਲ ਤੌਰ ਪਰ ਇੱਧਰੋਂ ਫਟੀ ਗਿਆ ਵੈ, ਸਹੀ ਨਜ਼ਰ ਆ ਰਿਹਾ ਸੀ। ਦਰਅਸਲ ਅੱਜ ਦੀ ਵੀਡੀਓ ਇਸ ਨਾਲ ਰਿਲੇਟਿਡ ਨਹੀਂ ਸੀ ਹੈ, ਲੇਕਿਨ ਇਹ ਹੈ ਕਿ ਮੈਂ ਇੱਥੇ ਖਲਤਾ ਸਿਰਫ ਸੰਗੀ ਦੱਸਣੇ ਮਾਰਿਆ ਕਿ ਕਾਫੀ ਅੱਗੇ ਤੋੜਾ ਤੋੜੀ ਇੱਥੇ ਨੁਕਸਾਨ ਹੋਈ ਆ, ਛਿਪਾਂ ਵਗੈਰਾ ਉਪਰੂ ਸਾਰੇ ਟੱਠੀਆਂ ਹੋਣ। ਅਲਬਤਾ ਚੱਲੇ ਆ ਗਿਆ ਹੁਣ ਜਿਹੜੀ ਬਿੰਦਲੀ ਟਰੱਕ ਆ, ਔਰ ਇੱਧਰ ਸਾਰੇ ਜਿਹੜੀ ਰੋਡ ਜਾਣੀ ਡਲਖਮਾ ਹਰੀਪੁਰਲੀ ਸਾਈਡ, ਤੁਸੀਂ ਸਾਰਿਆਂ ਕੀ ਤਾਂ ਬੇਸਿਕਲੀ ਪਤਾ ਹੀ ਉਸ ਕਿ ਉਹ ਰੋਡ ਬਹੁਤ ਜ਼ਿਆਦਾ ਖਰਾਬ ਹੈ। ਆਪਣੀ ਮਦਦ ਆਪ ਜਿਹੜੇ ਉਧਰ ਨੇ ਕੁਝ ਮੁਕਾਮੀ ਕਮੇਟੀ ਬਣਾਈਆਂ ਨੇ, ਉਹਨਾਂ ਸਾਰਿਆਂ ਹੁਣ ਕੈਂਪ ਲਾਇਆ ਹੋਇਆ ਬਾਜ਼ਾਰ ਤੰਦ ਰੋਡ ਪਰ, ਜਿਤਨੇ ਵੀ ਕਮੇਟੀ ਨੇ ਬੰਦੇ ਹੋਏ ਨੇ ਇਨਸ਼ਾਅੱਲਾ ਸੰਗੀ ਕਿਆ ਕੁਝ ਆਉਣੇ ਪੈਣ ਉਸ ਤੱਕ ਸ਼ੇਅਰ ਕਰਸਾਂ, ਜੁੜੇ ਰਹੇ ਆਖਰ ਤੱਕ। ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਡ ਆਉਣੇ ਲਈ ਹੈ, ਕਿਉਂਕਿ ਉਧਰ ਨੇ ਬਹੁਤ ਜ਼ਿਆਦਾ ਬੰਦੇ ਵੀ ਆਉਣੇ ਸਨ ਜੀ ਕਿ ਹੋੜਾ ਨਹੀਂ ਬਣਾਈ ਛੋੜੀ ਆ, ਬਾਕੀ ਸਾਰੇ ਏਰੀਆ ਨੇ ਬਣਾਉਣੇ, ਅਸਣੀ ਰੋਡ ਕੌਣ ਇਸ ਵਾਲੇ ਥੋੜ੍ਹੀ ਕਵਰ ਕੀਤੀ, ਬਾਕੀ ਇਹ ਚੱਲੇ ਇਨਸ਼ਾਅੱਲਾ ਜਿੱਥੇ ਤੱਕ ਰੋਡ ਕਵਰ ਹੋਈ ਉਸਾਂ ਕੀ ਸ਼ੇਅਰ ਕਰਸਾਂ, ਜੁੜੇ ਰਹੇ ਆਖਰ ਤੱਕ। ਫਾਈਨਲੀ ਮੈਂ ਪੁੱਛਿਆ ਆਇਆ ਪੁਣੇ ਬਾਜ਼ਾਰ ਨੇ ਅੰਦਰ, ਸੰਗੀ ਨਜ਼ਰ ਆ ਰਿਹਾ ਸੀ ਇਹ ਚੌਕ ਹੈ ਸਾਣਾ ਜਿਹੜਾ ਪੂਣਾ ਨਾਲ ਮਸ਼ਹੂਰ ਚੌਕ ਹੈ, ਇਸ ਤੋਂ ਉੱਪਰ ਪਰੇ ਜਿਹੜੀ ਜਾਣੀ ਹੈ ਰੋਡ ਸਾਰੀ ਜਾਣੀ ਹੈ ਹਰੀਪੁਰ ਖੰਬਾ ਤੰਦੜ ਬਿੰਦਲੀ ਮਾਈ ਟਰੱਕਾ ਸਾਰੀ ਹੈਗੀਆਂ, ਮਤਲਬ ਨਿਸ਼ਾਨਦੇਹੀ ਵੀ ਕੀਤੀਆਂ ਨੇ ਹਰੀਪੁਰ 11 ਕਿਲੋਮੀਟਰ, ਮਤਲਬ ਜਿੰਨੇ ਇੰਨੇ ਦੂਰ ਹੈ ਮੈਨੂੰ ਸਾਰੀਆਂ ਕੀਤੀਆਂ ਨੇ ਮਹਿਕਮਾ ਇਸ਼ਾਰਾਤ ਲਿਆ, ਠੀਕ ਹੈ, ਲੇਕਿਨ ਇੱਥੇ ਲਿਖੇ ਹੋਣੇ ਮਹਿਕਮਾ ਹੈ ਤਾਮੀਰਾਤ ਹਮਾ ਤਾਮੀਰਾਤ ਅਮਾ, ਲੇਕਿਨ ਇਹ ਤਾਮੀਰ ਉਸ ਲਿਆ ਸੀ, ਉਸ ਤੋਂ ਬਾਅਦ ਮਾੜੇ ਹਲੇ ਕੋਈ ਹਲੇ ਥੋੜ੍ਹੀ ਮਾੜੇ ਹਲੇ ਕਿ ਮੈਨੂੰ ਪਤਾ ਹੈ ਕਿ ਕੌਣ ਹਲੇ ਥੋੜ੍ਹੀ ਕੰਮ ਹੋਇਆ ਇਸਨੇ, ਪਰ ਬਾਕੀ ਹੈ ਕਿ ਜਿਹੜੀ ਮੀਰਪੁਰ ਵਾਲੀ ਸੀ ਨਾ ਉਹ ਰੋਡ ਸੰਗੀ ਨਜ਼ਰ ਆਈ ਦੀ ਉਸੀ ਤਿਆਰ ਹੋਈ ਹੈ, ਅਤੇ ਹੁਣ ਆਇਆ ਕਿ ਇਹ ਪੂਰੀ ਰੋਡ ਇਨਸ਼ਾਅੱਲਾ ਸੰਗੀ ਵਿਜ਼ਿਟ ਕਰਾਉਣੇ ਅੱਜ ਜਿੱਥੇ ਤੱਕ ਹੋ ਸਕਿਆ, ਬਾਕੀ ਉੱਥੇ ਨੀਚੇ ਹੀ ਬੈਠੀ ਹੈ ਕਮੇਟੀ ਉੱਥੇ ਵੀ ਚੱਲੇ ਕਿ ਜੀ ਇਸਨੀ ਰੋਡ ਨਹੀਂ ਸ਼ੁਰੂਆਤ ਦੇਖੋ ਹੁਣ ਕਿਤਨੇ ਬੜੇ ਬੜੇ ਜੰਪ ਖੱਡੇ ਬਣੇ ਥੇ, ਇਤਨੇ ਭੈੜੇ ਭੈੜੇ ਜੰਪ ਖੱਡੇ ਯਕੀਨ ਕਰੋ ਕੋਈ ਦਰਦ ਨਿਕਲੀ ਸ਼ਨਾਈ ਕਰੀ ਤਾਂ ਜਿਹੜੇ ਰੋਜ਼ ਤੋੜੋ ਤੋੜੀ ਸਾਦਰੀ ਸਫ਼ਰ ਕਰਨਾ ਉਸਨੇ ਇਸ ਰੋਡ ਹੈ, ਪਰ ਉਹਨਾਂ ਵਾਸਤੇ ਕਿਆ ਮੁਸ਼ਕਿਲ ਹੋਣੀ ਅਸੀਂ, ਇਹ ਵੀ ਬਾਜ਼ਾਰਾਂ ਦਾ ਹਿਸਾਬ ਹੈ ਤੰਦਰ ਰੋਡ। ਓਏ ਹੋਏ ਹੋਏ, ਇੰਤਹਾਈ ਜ਼ਿਆਦਾ ਮਿਹਣਾ ਵੀ ਖਰਾਬ ਹੈ, ਗੀਟੇ ਵਗੈਰਾ ਵੀ ਯਾਨੀ ਕਿ ਬੱਜਰ ਵਗੈਰਾ ਇਸ ਨਾਲ ਵੀ ਸਾਰਾ ਨਿਕਲੀ ਆਇਆ ਹੈ। ਬਾਕੀ ਜੀ ਫਾਈਨਲੀ ਮੈਂ ਪੁੱਛਿਆ ਆਇਆ ਵਾਂ ਤੰਦਰ ਰੋਡ ਪਰ, ਉਤਸਾਂ ਕੀ ਨਜ਼ਰ ਆ ਰਿਹਾ ਅਸੀਂ ਇਹ ਨਾਲੀਆਂ ਪੂਰੀਆਂ ਪੂਰੀਆਂ ਅੱਟੀਆਂ ਵਨ, ਠੀਕ ਹੈ, ਹਾਲਾਂਕਿ ਇਹ ਕੰਮ ਬਣਨਾ ਹੈ ਗੈਂਗ ਲੈਣਾ, ਚਲੋ ਜਿਹੜੇ ਦੁਕਾਨਦਾਰ ਹਨ ਉਹਨਾਂ ਨਾਲ ਵੀ ਕੰਮ ਬਣਾ ਕੇ ਆਪਣੀ ਆਪਣੀ ਦੁਕਾਨਾਂ ਨੂੰ ਅੱਗੇ ਸਫਾਈ ਕਰਨਾ, ਲੇਕਿਨ ਇਹ ਕਿ ਗੈਂਗ ਲੈਣਾ ਕੰਮ ਬਣਾ ਕੇ ਪੂਰੇ ਜਿਨ੍ਹਾਂ ਡਿਫਟੀ ਹੈ ਉਹ ਨਾਲੀਆਂ ਵਗੈਰਾ ਸਾਫ਼ ਕਰਨ, ਲੇਕਿਨ ਇਹ ਕਿ ਖੱਡੇ ਸੰਗ ਨਜ਼ਰ ਆ ਰਹੇ ਉਸ ਸਾਹਮਣੇ, ਇੱਥੋਂ ਹੁਣ ਤੁਸੀਂ ਗਰੰਟੀ ਦੇ ਦੇਣਾ ਮੈਂ ਕਿ ਜਿਹੜੀਆਂ ਗੱਡੀਆਂ ਨੇ ਛੋਟੀਆਂ ਕਾਰਾਂ ਵਗੈਰਾ ਉਹ ਇੱਥੋਂ ਨਹੀਂ ਨਿਕਲ ਸਕਦੀਆਂ, ਉਹਨਾਂ ਵਾਸਤੇ ਦੱਸੋ ਤੱਕ ਉਹ ਕਿੰਨੀ ਜ਼ਿਆਦਾ ਮੁਸ਼ਕਿਲ ਹੈ, ਕਿੰਨੇ ਕਿੰਨੇ ਬੜੇ ਖੱਡੇ ਪੈਣ, ਜਿਹੜੀ ਸਭ ਤੋਂ ਪਹਿਲੇ ਸੋਲਿੰਗ ਹੋਈ ਸੀ ਨਾ ਸਭ ਤੋਂ ਪਹਿਲਾਂ ਉਹ ਵੀ ਬੰਦਿਆ ਹੋਈ ਹੈ, ਉਸਨੇ ਉੱਪਰ ਜਿਲ੍ਹਾ ਮੁੜਦਾ ਬੱਜਰ ਪਿਆ, ਫਿਰ ਉੱਪਰ ਲੁੱਕ ਪਈ ਹੈ ਉਹ ਵੀ, ਫਿਰ ਉਸਨੇ ਉੱਪਰ ਜਿਹੜਾ ਤ੍ਰੀਆ ਸਟੈਪ ਸੀ ਨਾ ਇਹ ਵੀ ਦੇਖੋ ਰੋੜੀ ਵੀ ਉਪਰੋਂ ਲੁੱਕ ਸਾਰੀ ਪਟਣ ਗਈ ਹੈ, ਔਰ ਸਾਰੀ
ਸੋ ਫਾਈਨਲੀ ਸਭ ਤੋਂ ਪਹਿਲਾਂ ਅਸਾਂ ਸਭਾ ਨਾਲ ਮੁਲਾਕਾਤ ਵਗੈਰਾ ਕੀਤੀਆਂ ਜਿੰਨੇ ਵੀ ਇੱਥੇ ਬੰਦੇ ਬੈਠੇ ਸਨ ਕਮੇਟੀ ਨੇ ਜਿਹੜੇ ਕਿ ਇੱਥੇ ਇਸ ਘਰ ਹੈਰ 'ਚ ਸਾਹਿਬ ਕਿੰਨੇ ਪਏ ਉਹ ਨਾਲ ਵੱਖ ਨੂੰ ਪੈਸੇ ਵਗੈਰਾ ਇਕੱਠੇ ਕਰਨੇ ਪਏ ਅਤੇ ਸਭ ਤੋਂ ਪਹਿਲਾਂ ਇਹਨਾਂ ਕੋਲੋਂ ਪੁੱਛਣਾ ਕਿ ਕਿੰਨੀ ਆਬਾਦੀ ਹੈ ਇਸ ਏਰੀਏ ਵਿੱਚ ਦੱਸੋ ਇਸ ਬਾਰੇ ਸਭ ਜ਼ਿਆਦਾ ਕਿੰਨੇ ਮੁਸ਼ਕਲਾਂ ਹੈ ਸਰ ਇਹ ਰੋਡ 3 ਯੂਨੀਅਨ ਕੌਂਸਲ ਦੀ ਅਟੈਚ ਕਰਨੀ ਹੈ ਤੁਸੀਂ ਵੀਡੀਓ ਵੀ ਬਣਾਈ ਹੈ ਸਾਰੇ ਲੋਕ ਜਾਣੇ ਨੇ ਕਿ ਡਾਇਰੈਕਟ ਗੱਲ ਘੁਮਾਰੀ ਤਾਂ ਬਿਲਕੁਲ ਤਬਾਹ ਹੈ ਬਿਲਕੁਲ ਬਿਲਕੁਲ ਇਸ ਪਰ ਸਫ਼ਰ ਕਰਨਾ ਹੁਣ ਨਾਮੁਮਕਿਨ ਹੋ ਗਿਆ ਅਤੇ ਅਸਾਂ ਇਹ ਜ਼ਰੂਰੀ ਫੰਡਿੰਗ ਜਿਹੜੀ ਹੈ ਨਾ ਕਰਨੇ ਆ ਵੀ ਥੋੜ੍ਹੀ ਬਹੁਤੀ ਅਸੀਂ ਮੇਨਟੇਨੈਂਸ ਕਰਾਂ ਜਿਹੜੀ ਗੱਡੀਆਂ ਚੱਲਣ ਕਾਬਲ ਹੋ ਜਾਣ ਜ਼ਬਰਦਸਤ ਇਹ ਦੋ ਦਿਨ ਅਸਾਂ 3 ਦਿਨ ਹੋ ਗਏ ਕੈਂਪ ਲਾਏ ਹਾਂ ਕੱਲ੍ਹ ਇੱਕ ਦਿਨ ਹੋਰ ਐਸੀ ਕੈਂਪ ਉਸ ਤੋਂ ਬਾਅਦ ਬੁੱਕ ਲੈਣ ਦੇ ਟਰਾਲੀਆਂ ਨਾਲ ਥੋੜ੍ਹੀ ਬਹੁਤੀ ਅਸੀਂ ਮੇਨਟੇਨੈਂਸ ਕਰਸਾਂ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੈ ਵੀ ਅਸਾਂ ਤਾਂ ਇਤਜਾਜੀ ਕੈਂਪ ਲਾਸਾਂ ਜ਼ਬਰਦਸਤ ਉਹ ਫਿਰ ਸਾਰੇ ਲੋਕਾਂ ਅਸਾਂ ਦਾਵਤ ਦੇਸਾਂ 15-20 ਦਿਨ ਕੰਪੇਨ ਕਰਸਾਂ ਉਸ ਤੋਂ ਬਾਅਦ ਅਸਾਂ ਰੋਡ ਸ਼ੋਡ ਬੁਲਾ ਕਰਸਾਂ ਅਸਾਂ ਹੁਣ ਆਹ ਹਾਲਤ ਹੀ ਅਸਾਂ ਆਪਣਾ ਮੁਤਾਲਬਾ ਮਨਾਉਣਾ ਕਿਉਂਕਿ ਰੋਡ ਤੋਂ ਬਗੈਰ ਗੁਜ਼ਾਰਾ ਕੋਈ 70% ਆਵਾਮ ਜਿਹੜੀ ਹੈ ਨਾ ਇਸ ਬਾਜ਼ਾਰ ਨੇ ਇਸ ਰੋਡ ਪਰ ਸਫ਼ਰ ਕਰਨਾ ਇਹ ਰੋਡ ਤਕਰੀਬਨ 20 ਸਾਲ ਤੋਂ ਬਣੀ ਨਹੀਂ ਰਿਪੇਅਰ ਵੀ ਨਹੀਂ ਹੋਈ ਅੱਛਾ 85 ਵਿੱਚ ਉਹ ਲਾਗੂ ਬਣੀ ਸੀ ਉਸ ਤੋਂ ਬਾਅਦ ਰੋਡ ਨਹੀਂ ਬਣੀ ਅੱਛਾ ਅੱਛਾ ਟਾਲੀ ਪੁੱਲ ਹੈ ਇੱਥੇ ਦੇ ਹਾਲਾਤ ਕੋਲ ਠੀਕ ਹੋਈ ਹੈ ਰਸਤੇ ਪੁੱਲ ਹੈ ਤਰੇ 4-4 ਘੰਟੇ ਅਸੀਂ ਇੱਥੇ ਖਲਮ ਪਈ ਜਾਣਾ ਬੱਚੇ ਛੋਟੇ ਛੋਟੇ ਸਕੂਲਾਂ ਨਾਲ ਹਾਲਾਤ ਕੋ ਜਿਹੜੇ ਨੇ ਪਿਆਦਲੇ ਜਿਹੜੇ ਵਾਹ ਮਸ਼ਨੀ ਉਹਨਾਂ ਨੇ ਕੱਪੜੇ ਛੱਪੜੇ ਬੱਚੇ ਨੇ ਗੰਦੇ ਹੋ ਜਾਣਾ ਰੋਡ ਦੀ ਹਾਲਤ ਕੋਈ ਨਾ ਐਸੀ ਬਾਤ ਤੇ ਆਲਾ ਕੰਮ ਗਿਆ ਅਪੀਲ ਲੈ ਰਹੀ ਹੈ ਰੋਡ ਦੇ ਬਾਰੇ ਕੁਝ ਕੀਤਾ ਜਾਏ ਸੁਣਦੇ ਚਲੋ ਫੰਡ ਜਾਣੇ ਨੇ ਕਿੰਨੇ ਕਰਸਾਂ ਆਪਣੀ ਮਦਦ ਆਪਣੇ ਤਹਿਤ ਕਿੰਨੇ ਕਰੀ ਸਕਦੇ ਹਾਂ ਅਗਲਾ ਇੱਥੇ ਤਾਂ ਲੱਖਾਂ ਕਰੋੜਾਂ ਰੁਪਏ ਲੱਗਦੇ ਨੇ ਟੈਂਡਰ ਹੈ ਲਿਆਦਾ ਹਕੂਮਤ ਕੀ ਹੈ ਆਪੀ ਅਪੀਲ ਹੈ ਤਾਵਨ ਕਰਨਾ ਸਾਨੂੰ ਬਾਅਦ ਸਕੂਲਾਂ ਨੇ ਬੱਚੇ ਕਿੰਨੇ ਜ਼ਿਆਦਾ ਹਸਤਾ ਹਾਲੀਆਂ ਹਨ ਜ਼ਾਹਿਰ ਹੈ ਬੱਚੇ ਕਿ ਨਿੱਕੇ ਨਿੱਕੇ ਜਿਹੜੇ ਹੋਣੇ ਨੇ ਉਹ ਤਾਂ ਇੱਕਦਮ ਗੱਡੀ ਵਿੱਚ ਰਹਿ ਨਹੀਂ ਸਕਣਾ ਇਤਨੇ ਇਤਨੇ ਘੰਟੇ ਔਰ ਕਾਂਗਾ ਫਿਰ ਤੁਸੀਂ ਕੀ ਪਤਾ ਕਿੰਨੀਆਂ ਕਿੰਨੀਆਂ ਜ਼ਿਆਦਾ ਪੈਣੀਆਂ ਹਨ ਇੱਥੇ ਇੱਕ ਪੁੱਲ ਨਹੀਂ ਬੇਹੱਦ ਜ਼ਰੂਰਤ ਹੈ ਉਸ ਤੋਂ ਵੀ ਅਸਾਂ ਜਿਹੜੇ ਗਵਰਨਮੈਂਟ ਹਨ ਖਾਸ ਕਰਕੇ ਮੈਂ ਆਉਣਾ ਮਾੜਾ ਕਿਸੇ ਨਾਲ ਜ਼ਾਤੀ ਇਖਤਲਾਫ ਕੋਈ ਨਹੀਂ ਹੈ ਲੇਕਿਨ ਜਿਹੜੇ ਅਸਾਂ ਲੀਡਰ ਹਨ ਜਿਹੜੇ ਕਿ ਇਹਨਾਂ ਏਰੀਆ 'ਚੋਂ ਵੋਟ ਖੰਡੇ ਹਨ ਸਭ ਤੋਂ ਪਹਿਲਾਂ ਮੈਂ ਉਹਨਾਂ ਨਾਲ ਅਪੀਲ ਕਰਸਾਂ ਕਿ ਜਨਾਬ ਸਾਹਿਬ ਵੋਟ ਖੰਡਣੇ ਵੇਲੇ ਤਾਂ ਕਿ ਨਹੀਂ ਖੰਡੇ ਹੋ ਲੇਕਿਨ ਫਿਰ ਮੁੜਦਾ ਇਸ ਆਵਾਮ ਨੇ ਬਾਰੇ ਸੋਚਿਆ ਕਰੋ ਹਕੀਕਤ ਬਾਤ ਹੈ ਆਵਾਮ ਕਿੰਨੀ ਜ਼ਿਆਦਾ ਹਸਤਾ ਹਾਲ ਹੈ ਤੁਸੀਂ ਖੁਦ ਅੰਦਾਜ਼ਾ ਲਾਈ ਕਿਨੋ ਕਿ ਜਿੱਥੇ 3-4 ਘੰਟੇ ਖਾਲੀ ਪਾਣੀ ਹੈ ਕਿ ਇੰਤਜ਼ਾਰ ਕਰਨਾ ਪਵੇ ਕਿ ਢਲਸੀ ਤਾਂ ਅਸਾਂ ਜਾ ਸਾਂ ਉਹ ਅੱਗੇ ਕਿਤਨਾ ਇੱਕ ਆਸਾਨੀ ਹੋ ਸੀ ਇਹ ਖਾਲੀ ਇੱਕ ਜਗ੍ਹਾ ਨਾ ਮੈਂ ਤੁਸਾਂ ਕੀ ਦੱਸਿਆ ਵੈ ਅੱਗੇ ਕਈਆਂ ਜਗ੍ਹਾ ਤੋਂ ਐਸੀਆਂ ਪੁਲੀਆਂ ਛੀਆਂ ਵਣ ਸੜਕਾਂ ਛੀਆਂ ਵਣ ਜਿਹੜੀਆਂ ਕਿ ਬੇਹੱਦ ਤਰੁੱਟੀਆਂ ਵਣ ਹੁਣ ਇਨਸ਼ਾਅੱਲਾ ਇੱਕ ਨੈਕਸਟ ਤੁਸਾਂ ਕੀ ਪੂਰੇ ਏਰੀਆ ਨਾਲ ਮੈਂ ਵਿਜ਼ਿਟ ਕਰਾਸਾਂ ਅਸਲਾਮ ਅਲੈਕਮ ਜਨਾਬ ਕੀ ਹਾਲ ਹੈ ਠੀਕ ਹੋ ਹੈ ਹਰੀਏ ਦਾ ਅੱਛਾ ਜਨਾਬ ਦੱਸੋ ਕਿ ਤੁਸਾਂ ਨੇ ਮਰੀਜ਼ਾਂ ਵਾਸਤੇ ਕਿਆ ਮੁਸ਼ਕਲ ਹੋਣੀ ਹੈ ਸਾਡੇ ਵਾਸਤੇ ਬਹੁਤ ਮੁਸ਼ਕਲ ਹੈ ਜੀ ਕੱਲ ਸਾਡੀ ਪਰਸੂ ਤੁਸੀਂ ਪਤਾ ਬਾਰਸ਼ਾ ਚ ਸਾਡੀ ਡਿਲੀਵਰੀ ਰਾਹ ਚ ਹੋਈ ਹੈ ਅੱਛਾ ਜੀ ਤੇ ਇੱਕ ਬੱਚਾ ਫੋਤ ਹੋਇਆ ਪੈਦਾ ਹੋਇਆ ਜੋੜਵੇਂ ਬੱਚੇ ਪੈਦਾ ਹੋਏ ਦੋ ਜੀ ਇੱਕ ਇਤਨੀ ਡੈਥ ਹੋਈ ਗਈ ਹੈ ਨਾ ਸਾ ਪਿੱਛੇ ਜਾਈ ਸਕੇ ਨਾ ਸਾ ਅੱਗੇ ਜਮੀਰਪੁਰ ਪਹੁੰਚ ਸਕੇ ਓਏ ਹੋਏ ਹੋਏ ਗੱਡੀ ਵਿੱਚ ਡਿਲੀਵਰੀ ਹੋਈ ਹੈ ਤੇ ਅੱਲਾ ਮਾਲਕ ਹੈ ਸਾਡਾ ਬਗੈਰ ਅੱਲਾ ਤੋਂ ਕੋਈ ਨਹੀਂ ਬਿਲਕੁਲ ਐਸੀ ਬਾਤ ਹੈ ਅਸਾਂ ਫਲਾਹ ਉਤਾਰੀਨ ਫਾਊਂਡੇਸ਼ਨ ਦੀ ਤਰਫੋਂ ਸਾ ਮਿਲਟ ਸੜਕ ਦੋ ਗੱਡੀਆਂ ਲੱਗ ਚੁੱਕਾ ਅੱਛਾ ਬਾਰਡਰ ਨੇ ਅਸਾਂ ਰਹਿਣੇ ਵਾਲੇ ਹਾਂ ਜੀ ਤੇ ਸੜਕ ਦੀ ਹਾਲਾਤ ਤੱਕ ਹੀ ਨੋ ਤੇ ਇਹ ਸਾਰੇ ਅਸਾਂ ਦੀ ਪ੍ਰੋਬਲਮ ਹੈ ਤੇ ਅੱਲਾ ਤਾਲਾ ਇਸ ਐਂਬੂਲੈਂਸ ਸਰਵਿਸ ਨੂੰ ਖਾਤੂਨ ਜਿਨ੍ਹਾਂ ਨੇ ਇੱਥੇ ਡਿਲੀਵਰੀ ਹੋਈ ਹੈ ਅੱਛਾ ਜੀ ਚਲੋ ਠੀਕ ਹੈ ਜੀ ਜਾਗਲਾ ਬਾਕੀ ਜੀ ਨਾ ਤੁਸੀਂ ਗੱਲ ਸੁਣੀ ਹੋਸੀ ਐ ਫਲਾਉ ਦ ਰੇਨ ਫਾਊਂਡੇਸ਼ਨ ਰਜਿਸਟਰ ਜਿਹੜਾ ਨਾ ਅਬਦੁੱਲਾਪੁਰ ਤਹਿਸੀਲ ਸਮਾਨੀ ਨੜੀਆਂ ਦੋ ਗੱਡੀਆਂ ਵਣ ਹੁਣ ਤੱਕ ਇਸ ਐਂਬੂਲੈਂਸ ਹੈ ਵਿੱਚ ਉਹ ਹਾਥੋਂ ਜਿਨ੍ਹਾਂ ਨੇ ਇੱਕ ਬੱਚਾ ਫੋਤ ਹੋ ਗਿਆ ਡਿਲੀਵਰੀ ਕੇਸ ਨੇ ਦੋ ਬੱਚੇ ਹੋਏ ਨੇ ਬਾਕੀ ਇਹ ਕੋਈ ਮੁਸ਼ਕਲਾਂ ਨਹੀਂ ਇਹਨਾਂ ਵਾਸਤੇ ਗੱਡੀਆਂ ਵਾਸਤੇ ਬਾਕੀ ਜੀ ਇਹ ਜਿਹੜਾ ਤੁਹਾਨੂੰ ਖੱਡਾ ਨਜ਼ਰ ਆ ਰਿਹਾ ਆਪਣੇ ਇਹ ਪੂਰੇ 1 ਫੁੱਟ ਤੇ ਕੁਝ ਇੰਚ ਨਾ ਹੋਵੇ ਖੱਡਾ ਪਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਸੀ ਇਤਨਾ ਬੜਾ ਖੱਡਾ ਤੁਸੀਂ ਖੱਡੇ ਹੌਲੇ ਹੌਲੇ ਤੱਕ ਅਸੀਂ ਲੇਕਿਨ 1.5-1.5 ਫੁੱਟ ਨਾਲ ਖੱਡਾ ਸੋ ਨਾ ਤੱਕਿਆ ਸੀ ਉਹ ਇਸ ਅਗਰ ਤੱਕਣਾ ਚਾਹੁੰਦੇ ਹੋ 1.5 ਫੁੱਟ ਨਾਲ ਖੱਡਾ ਤਾਂ ਤੁਸੀਂ ਇਸ ਰੋਡਾ ਪਰ ਲਾਜ਼ਮੀ ਵਿਜ਼ਿਟ ਕਰੋ ਜਿਹੜੀ ਕਿ ਪੂਣਾ ਤੋਂ ਹਰੀਪੁਰ ਔਰ ਤੰਦਰਵੇੜਾ ਜਾਣੀ ਹੈ ਸਾਹਮਣੇ ਤੋਂ ਵੀ ਗੱਡੀ ਆ ਰਹੀ ਹੈ ਟੋਟਲ ਆਪਣੀ ਲਾਈਨ ਛੋੜੀ ਤਾਂ 2 ਲੈਣੇ ਪਰ ਆਏ ਜ਼ਾਹਿਰ ਹੈ ਇਤਨੀ ਜ਼ਿਆਦਾ ਮੁਸ਼ਕਲ ਹੈ ਇਸ ਤਰ੍ਹਾਂ ਜਾਣੀਆਂ ਗੱਡੀਆਂ ਸੁਣ ਸਹੀ ਕਰੀਏ ਸਹੀ ਕਰੀਏ ਪਾਸੇ ਚਿੱਕੜ ਔਰ ਦੂਸਰੇ ਪਾਸੇ ਚਿੱਕੜ ਠੀਕ ਹੈ ਹੁਣ ਇੱਧਰੋਂ ਬੱਚੇ ਸਕੂਲਾਂ ਵਾਲੇ ਖਾਸ ਕਰਕੇ ਜਾਣਾ ਵਾਸਤੇ ਜ਼ਿਆਦਾ ਮੁਸ਼ਕਿਲ ਹੈ ਸਰ ਜਿਹੜਾ ਮੋਟਰਸਾਈਕਲ ਵਗੈਰਾ ਚੱਲਣ ਨੂੰ ਲੈ ਇਸ ਸਾਈਡ ਵਿੱਚ ਚਿੱਕੜ ਹੋ ਜਾਣਾ ਠੀਕ ਹੈ ਪੂਨਾ ਸੇ ਹਰੀਪੁਰ ਡਲ ਖਮਾ ਟਰੱਕਾ ਮਾਈ ਤੰਦਰ ਜਾਣੇ ਵਾਲੀ ਰੋਡ ਖੰਡਰਾਤ ਕੇ ਮੰਜ਼ਰ ਪੇਸ਼ ਕਰਨੇ ਲੱਗੀ ਹੈ ਔਰ ਇਸ ਵਿੱਚ ਜਗ੍ਹਾ ਜਗ੍ਹਾ ਪਾਣੀ ਕਿ ਨਾਲੀਆਂ ਕੀ ਨਿਕਾਸੀ ਨਹੀਂ ਕੀ ਗਈ ਯਹਾਂ ਪਰ ਮੇਰੇ ਖਿਆਲ ਸੇ ਕੋਈ ਗੈਂਗ ਵਾਲੋ ਕੀ ਡਿਊਟੀ ਵੀ ਨਹੀਂ ਲਗਾਈ ਗਈ ਅਗਰ ਉਹ ਆਏ ਔਰ ਥੋੜ੍ਹਾ ਬਹੁਤ ਮਤਲਬ ਇਹਨ ਜੋ ਜੰਪ ਖੱਡੇ ਵਗੈਰਾ ਬਣੇ ਇਨਕੋ ਵਪੁਰ ਕਰੇ ਲੇਕਿਨ ਨਹੀਂ
باقی جی اس سائڈ تو اساں کی بھی رونگ گشنا پیا ہوا کیونکہ اساں اپنی سائڈ پر اگر ٹرنے ادھر نیرے کھڈے سن پانی نیرا کھلتے اسی پھر ظاہر ہے موٹر سائیکل بھی ادھر خراب ہونے نا خطرہ ہونا ہوا البتہ یہ ہے کہ اتوں جم کھڈے تکی سکنے ہو ادھر 70% آبادی پونے نہیں اس ایریے ہے جڑی کہ ایسا روڈے پر روزانہ گزری تو جانی ہے اور آگے اصل کیس سننے سن کے کتنی زیادہ مشکلات نہیں وسط ہے باقی جی اے اس پولی پر آئی گئے ہیں جڑی کہ سب تو خطرناک پولی ہے اور اس نے پر پانی اوپر کو لے جانا ہوا کئی کئی گھنٹے تھے عوام ہستحال رہنی ہے یہ تک ہوئے ہو ہلے بھی تک اوپر جانا پیا اور توڑ توڑو توڑے پٹن گئی ہے ساری ہوں سے پار چلے ہاں اس روڈے نے بھی وزٹ کرانے ہیں تھوڑا جہاں کھلی دیکھ جاؤ باقی جی سو فائنلی میں پہنچا ہوں اس پولی پر اس پولی سے تقریباً آج سے 3-4 دن پہلے یہاں پر ایک بہت بڑا حادثہ ہوا ہے وہاں پر ایک بچہ چھوٹا انتقال کر گیا ہے جو ابھی کہ ماں کے پیٹ کے اندر ہی تھا یہاں پر بہت بڑا ایک برساتی نالہ آیا ہوا تھا پانی اتنا تیز تھا کہ 3-4 گھنٹے انتظار کرتے رہے لیکن بالآخر وہ بچہ ماں کے پیٹ کے اندر ہی فوت ہو گیا اور یہاں سے ہی ایکسیڈنٹ ہوا اور ایک بائک جو ہے نا وہ یہاں سے نیچے چلا گیا اب خود اندازہ لگا لیں باقی جی انشاءاللہ اس تو ہو گیا کہ جڑی روڈ ہے انشاءاللہ سو نیکسٹ ایک دن وزٹ کرا سا اس روڈ ہے نا لیکن یہ کہ اس تو پیچھے روڈ اتنی جس طرح اتنا خراب ہے نا اس تو 2 گنا زیادہ ہی سکنے وہ خراب ہے اس تو اگے اگے خاص کر یہ جڑی جانی ہے نا ٹرک ہے پنوٹیاں وغیرہ یا ادھر سارا ہے اور روڈ تو انتہائی زیادہ خراب ہے دل کھما جانے لیے بھی جگہ جگہ تو خراب مطلب لکنا نہ ہی کوئی نہیں رہا اتنی زیادہ خراب ہے ہوں تو پانی نے زورے نے اندازہ لائی کنو کہ جڑی کانگا وغیرہ اچھی رہی ہیں وہ یہ پورا ایریا سیمنٹ اتو نالو پٹی تک نہیں کھڑے نے پورا یہ تو کوئی ادھر بھی مطلب روڑی گیا ہوا ہے ساری سڑک یہ تھوڑی جی رہنی ہے کوئی 3-4 فٹ سڑک رہنی ہے باقی انہیں اپنے روڑی کھڑی ہے لیکن اگر سکی پولی نے دسا پولی بالکل ہے نکی جی ہے تقریباً میرے خیال اچ کوئی 3 فٹ ہو سی 2-3 فٹ ہو سی ہے اتنے بچے نہانے سن مسے وہ بھی غائب ہو گئے نہیں تو اتنے کسی کی کھلا تو پھر تصا کی دسا کہ اندازے نال یہ تو پانی کتنا تیز ہے کہ اوپرے کو ظاہر ہے جانا ہوں اس نے اتنا اونچے ہی کونی کہ پانی تھلے کو لے جائے اتنے ایک پولی بے حد ضرورت ہے اور اگر میں سکی دسا تھوڑا عرصہ پہلے سنیا سی کہ بالکل اتنے اوپر جڑی کہ جگہ نا پہلے پل میرے خیال منظور ہویا سی نا وہ بالکل ایسا جگہ تو ہویا سی لیکن یہ بھی بالکل کوئی نہیں کسی کمے نہ نہیں پل نیرا ختم کری چھوڑے آنے ہوں یہ کہ تم بچو جی تھوڑے دیر رڑی جاسو ہوں یہ کہ اتنے نا مطلب کتنی زیادہ مشکل ہے اگر وہ پل پہلے بننا اتنا اونچا بھی ہو جانا وہ پارا توڑی تو پھر بھی یہ سی کہ چلو پانی میرا جڑا زیادہ سی نا وہ نکلی جایا کرایا کوئی تھوڑا بہت ہی بچیا کرایا لیکن یہ پولی نے تو آگے خود اندازہ لائی کہ اس سے پولی پر ایکسیڈنٹ ہویا ہوا ہے ایک موٹر سائیکل لینے کے روڑی گیا سی ماں نے پیٹ نے اندر بچہ فوت ہو گیا ہوا ہے اور سو خود اگیا حساب لائی کہ کتنی ان وسط ہے مشکل ہے باقی پولی نے ہائٹ ادھروں کافی زیادہ ہوا ہے ادھروں تقریباً 5-6 فٹ ہو سی اس پولی سائڈ تو لیکن اپلی سائڈ تو اس نے ہائٹ بالکل ہی کونی 2-3 فٹ ہے باقی یہ کہ پیدل چلنے والے بندے واسطے مشکل ہے تو کوئی مائی اور کس طرح مشکل ہی چاہیے نہیں تھو جتیاں لائی دے بزرگ بھی اگیا چڑھی دے انہوں واسطے بھی بہت زیادہ مشکل ہی چاہیے باقی ویورز اس پوری روڈ ہے نا اس کی وزٹ کرایا ہوا ہے ہوپ فلی سوگی یہ ویڈیو پسند آئی اسی اور تم سارے کا ایک ریکویسٹ ہے کہ جڑا انہوں کیمپ لایا امدادی جڑے کہ پونے نے ہو جتنے بھی آس پاس رہنے لے ہو ماڑی ویڈیو تکنے ہو لازمی تم جتنے بھی سارے سواب حصہ بنا چڑھے ہو لازمی حصہ ہو کمیٹی پونے نہیں پونے نے اندر ہی ہے اگر کوئی ادروائز باہرلی کنٹری بچوں کوئی اس روڈ نے پر کوئی حصہ بنا چڑھا ہوا ہے تو ماڑا نمبر ماڑے بھائیو بھی ہے اور میں سامنے اسکرین پہ شو ہو رہا اسی تو لازمی سینڈ کرو ان شاء اللہ ایز اے ویڈیو نے تھرو میں ضرور انہوں تک پہنچا سن جڑے بھی سڑکیں نے کافی زیادہ بندے اس طرح ہیلپ وغیرہ کرنے رہنے میکی کتنے ایسے نیک بندے سن جڑے کہ کماں نے پیسے دینے رہے جڑے جڑے کام ہونے میں ضرور وہ کام اتنے پہنچا رہے ہیں انہیں کاموں تک ٹھیک ہے وہ کام بھی ایسے ہوئے بھی ہے بٹ باقی یہ ہے کہ آج کی ویڈیو اگر سنگی پسند ہے اس کے لازمی شیئر کر سو تاکہ ہر بندے تک ویڈیو پوجے اور گورنمنٹ تک ویڈیو پوجے اور اس نمبر کو نوٹس دیا جائے کوئی سڑک نہ کم کیا جائے میکی دیو اجازت مل سا ہونی کس تو اچھی اور انٹرسٹڈ ویڈیو نال اللہ نے کہ بان جزاک اللہ باقی ان شاء اللہ نیکسٹ اس تو اگے ایک نیکسٹ بلاگ